ਮੈਂ ਬਲਰਾਜ ਸਿੰਘ ਹੈ ਜੀ ਮੇਰਾ ਨਾਮ ਇਹ ਕੁਲਵਿੰਦਰ ਕੌਰ ਜਿਹਦੇ ਨਾਲ ਮਰਡਰ ਕੀਤਾ ਜੀ ਮੇਰੀ ਸਿਸਟਰ ਸੀ ਤੇ ਇਹ ਜੀ ਸ਼ੁਰੂ ਤੋਂ ਪਰੇਸ਼ਾਨ ਕਰਦੇ ਰਹੇ ਪਹਿਲਾਂ ਜਦੋਂ ਮੈਰਿਜ ਹੋਈ ਉਦੋਂ ਦਾਜ ਵੀ ਇਹਨਾਂ ਕਾਫੀ ਮੰਗਿਆ ਜੀ ਲੋੜੋਂ ਵੱਧ ਲਿਆ ਇਹਨਾਂ ਜੀ ਤੇ ਬਾਅਦ 'ਚ ਨਾ ਤਾਂ ਬੱਚੇ ਦਾ ਇਲਾਜ ਕਰਾਉਂਦੇ ਸੀ ਨਾ ਸਿਸਟਰ ਦਾ ਕਰਾਉਂਦੇ ਸੀ ਉਹ ਅਸੀਂ ਕਰਕੇ ਇਹਨਾਂ ਦਾ ਇਲਾਜ ਕਰਾਉਂਦੇ ਰਹੇ ਜੀ ਤੇ ਖਰਚਾ ਵੀ ਅਸੀਂ ਕੋਲੋਂ ਦਿੰਦੇ ਰਹੇ ਸਾਰਾ ਇਹਨਾਂ ਨੂੰ ਤੇ ਹਰ ਬੰਨੇ ਪਰੇਸ਼ਾਨ ਕਰਦੇ ਰਹੇ ਕੁੱਟ ਮਾਰਦੇ ਤਕਰੀਬਨ ਕਰਦੇ ਰਹਿੰਦੇ ਸੀ ਜੀ ਇਹਨਾਂ ਦਵਾਂ ਦੀ ਹਾਂਜੀ ਹਰ ਵਾਰੀ ਕੋਈ ਨਵੀਂ ਡਿਮਾਂਡ ਹੁੰਦੀ ਹਰ ਵਾਰੀ ਜੀ ਕਦੀ ਪੈਸੇ ਡਿਮਾਂਡ ਕਰਦੇ ਕਿਸੇ ਚੀਜ਼ ਦੀ ਕਰਦੇ ਸੀਗੇ ਕੱਲ੍ਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਲੜਕੀ ਦੀ ਡੈਥ ਹੋ ਚੁੱਕੀ ਹੈ ਕੱਲ੍ਹ ਜੀ ਸਾਨੂੰ ਇਹਨੇ ਬੇਟੇ ਨੂੰ ਮਾੜਾ ਜਿਹਾ ਇਨਫੋਰਮ ਕੀਤਾ ਵੀ ਮੇਰੇ ਮੰਮੇ ਖਤਮ ਹੋ ਚੁੱਕੇ ਆ ਅਤੇ ਸਾਡੇ ਆਉਣ ਤੋਂ ਪਹਿਲਾਂ ਜੀ ਇਹ ਆਪਣਾ ਸੰਸਕਾਰ ਦਾ ਅਰੇਂਜਮੈਂਟ ਪੂਰਾ ਕਰ ਬੈਠੇ ਸੀ ਜੇ ਅਸੀਂ ਥੋੜ੍ਹਾ ਲੇਟ ਹੋ ਜਾਂਦੇ ਤਾਂ ਇਹਨਾਂ ਸੰਸਕਾਰ ਵੀ ਕਰ ਦੇਣਾ ਸੀ ਜੀ ਉਹ ਅਸੀਂ ਆਣ ਕੇ ਰੁਕਵਾਇਆ ਪ੍ਰਸ਼ਾਸਨ ਦੀ ਮਦਦ ਲੈ ਕੇ ਅਤੇ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਉਹਨਾਂ ਦੇ ਕਰਕੇ ਇਹ ਹੱਤਿਆ ਕੀਤੀ ਗਈ ਇਹ ਜੀ ਸਾਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਆਪਣਾ ਸਾਹ ਰੋਕ ਕੇ ਉਹਦਾ ਅਤੇ ਫਿਰ ਉਹਦੀ ਡੈਥ ਕੀਤੀ ਆ ਉਹਦੇ ਆਪਣੇ ਦੰਦ ਵੀ ਜਿਹੜੇ ਆ ਖੁੱਬੇ ਹੋਏ ਆ ਜੀ ਅਤੇ ਮੰਗ ਕੀ ਆ ਮੰਗ ਇਹੋ ਹੀ ਆ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣ ਜੋ ਇਹਨਾਂ ਕਾਰਵਾਈ ਕੀਤੀ ਆ ਉਹਦਾ ਇਹਨਾਂ ਨੂੰ ਹਰਜਾਨਾ ਭੁਗਤਣਾ ਚਾਹੀਦਾ ਜੀ ਜੀ ਮੈਂ ਨਰਾਜ ਸਿੰਘ ਸਾਡੇ ਘਰ ਦੇ ਨਾ ਮੈਨੂੰ ਅਤੇ ਮੇਰੀ ਮੰਮਾ ਨੂੰ ਬਹੁਤ ਜ਼ਿਆਦਾ ਟੋਰਚਰ ਕਰਦੇ ਸੀਗੇ ਬਹੁਤ ਵਾਰੀ ਕੁੱਟਿਆ ਮੇਰੇ ਮੂਹਰੇ ਮੇਰੀ ਮੰਮਾ ਨੂੰ ਅਤੇ ਮੈਨੂੰ ਬਹੁਤ ਵਾਰੀ ਹੱਡੀਆਂ ਵੀ ਤੋੜੀਆਂ ਕੁਝ ਦਿਨ ਪਹਿਲਾਂ ਮੇਰੀ ਮੰਮਾ ਨੂੰ ਧੱਕਾ ਦੇ ਕੇ ਸੁੱਟਿਆ ਅਤੇ ਮੇਰੀ ਮੰਮਾ ਦਾ ਚੂਲਾ ਤੋੜਿਆ ਅਤੇ ਕਹਿੰਦੇ ਵੀ ਕੋਈ ਦਵਾਇਆ ਦਾਰੂ ਨਹੀਂ ਦਵਾਉਂਦੇ ਸੀ ਅਤੇ ਨਾ ਹੀ ਦਵਾਉਣ ਦਿੰਦੇ ਸੀਗੇ ਕੌਣ ਵੇਖਦੀ ਸੀ ਇਹ ਮੇਰੇ ਫਾਦਰ ਸਾਹਿਬ ਮੇਰਾ ਦਾਦੂ ਮੇਰੀ ਦਾਦੀ ਅਤੇ ਮੇਰਾ ਤਾਇਆ ਇਹ ਚੌਵੇਂ ਜਾਣੇ ਸੀਗੇ ਜੀ ਅਤੇ ਕੱਲ੍ਹ ਇਹਨਾਂ ਨੇ ਕਰੀਬ 1 ਵਜੇ ਮੈਨੂੰ ਕਹਿੰਦੇ ਵੀ ਜਾ ਮੋਟਰ 'ਤੇ ਗੇੜਾ ਮਾਰਿਆ ਮੈਂ ਆਪਦੀ ਮਾਂ ਨੂੰ ਚੰਗੇ ਭਲਾ ਛੱਡ ਕੇ ਗਿਆ ਅਤੇ ਮੈਂ 5 ਮਿੰਟਾਂ 'ਚ ਮੇਰੇ ਮੁੜਨ ਦੀ ਦੇਰੀ ਆ ਅਤੇ ਮੈਨੂੰ ਕਹਿੰਦੇ ਵੀ ਤੇਰੀ ਮਾਂ ਨਾ ਕੁਝ ਬੋਲਦੀ ਨਹੀਂ ਗਈ ਠੀਕ ਆ ਅਤੇ ਮੈਂ ਇਹਨਾਂ ਜਦਕਿ ਚੌਹਾਂ ਜਾਣਿਆਂ ਨੂੰ ਕਮਰੇ ਦੇ ਵਿੱਚ ਦੇਖਿਆ ਅਤੇ ਮੇਰੀ ਮਾਂ ਨੇ ਲਾਸ਼ ਇੱਦਾਂ ਪਈ ਅਤੇ ਮੈਂ ਫਿਰ ਰੌਲਾ ਪਾਇਆ ਅਤੇ ਫਿਰ ਕਹਿੰਦੇ ਚਲੋ ਹੋਸਪਿਟਲ ਲੈ ਜਾਂਦੀ ਹੈ ਜਦਕਿ ਇਹਨਾਂ ਨੇ ਪਹਿਲਾਂ ਮੇਰੀ ਮਾਂ ਨੂੰ ਬਸ ਸਾਹ ਖਤਮ ਹੋ ਗਏ ਸੀਗੇ ਅਤੇ ਮੈਨੂੰ ਕਹਿੰਦੇ ਸੀਗੇ ਵੀ ਹੱਲ ਹੈਗੀ ਆ ਅਤੇ ਫਿਰ ਜਦੋਂ ਅਸੀਂ ਹੋਸਪਿਟਲ ਲੈ ਕੇ ਆਏ ਹੋਸਪਿਟਲ ਵਾਲੇ ਕਹਿੰਦੇ ਵੀ ਤੁਹਾਨੂੰ ਕੀ ਲੱਗ ਰਿਹਾ ਵਾ ਕਤਲ ਹੋਇਆ ਜਾਂ ਕੀ ਹੈ ਤੁਹਾਨੂੰ ਲੱਗ ਰਿਹਾ ਮੇਰੇ ਹਿਸਾਬ ਨਾਲ ਤਾਂ ਸਾਹ ਘੁੱਟ ਕੇ ਮੌਤ ਹੋਈ ਆ ਕਿਉਂਕਿ ਇੱਦਾਂ ਮੁੱਠੀਆਂ ਮੀਚੀਆਂ ਹੋਈਆਂ ਸੀਗੀਆਂ ਦੰਦ ਗੁੱਬੇ ਹੋਏ ਸੀਗੇ ਲੈਟਰ ਨਿਕਲੇ ਹੋਏ ਸੀ ਉਹ ਮੰਗ ਕੀ ਕਰਦੇ ਹੋ ਮੈਂ ਇਹ ਮੰਗ ਕਰਦਾ ਵੀ ਮੈਨੂੰ ਇਨਸਾਫ ਹੋਵੇ ਜਿਹੜੇ ਦੋਸ਼ੀ ਆ ਚੌਵੇਂ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤੁਹਾਡਾ ਨਾਂ ਕੀ ਹੈ ਪੂਰਾ ਮੇਰਾ ਨਾਮ ਹੈ ਜੀ ਮਨਰਾਜ ਸਿੰਘ ਇਸ ਤੋਂ ਪਹਿਲਾਂ ਵੀ ਕੋਈ ਪਰਿਵਾਰ 'ਚ ਝਗੜੇ ਹੁੰਦੇ ਦਿੰਦੇ ਸੀ ਹਾਂਜੀ ਜੀ ਜਦੋਂ ਦਾ ਮੈਂ ਸੁੱਤ ਸੰਭਾਲੀ ਆ ਮੈਨੂੰ ਅਤੇ ਮੇਰੀ ਮਾਂ ਨੂੰ ਅਕਸਰ ਹੀ ਟੋਰਚਰ ਕੀਤਾ ਜਾਂਦਾ ਸੀਗਾ ਅਤੇ ਮੇਰੀ ਮਾਂ ਨੂੰ ਚੰਗਾ ਨਹੀਂ ਸਮਝਦੇ ਸੀ ਕੀ ਤੁਹਾਡੀ ਮਾਤਾ ਤੋਂ ਦਾਜ ਦਾ ਵੀ ਮੰਗ ਕਰਦੇ ਸੀ ਹਾਂਜੀ ਮੇਰੀ ਮੰਮਾ ਸਾਡੇ ਤੋਂ ਦਾਜ ਦਾ ਵੀ ਮੰਗ ਕਰਦੇ ਸੀ ਥੋੜ੍ਹੇ ਜਿਹੇ ਟਾਈਮ ਪਹਿਲਾਂ 2 ਲੱਖ ਰੁਪਈਆ ਕਹਿੰਦੇ ਸੀ ਵੀ ਜਾਓ ਅੱਜ ਮਾਮੇ ਤੋਂ ਲੈ ਕੇ ਆਓ ਅਸੀਂ ਉਹ ਵੀ ਲੈ ਕੇ ਆਏ ਅਤੇ ਪਹਿਲਾਂ ਵੀ ਦਾਜ ਲਿਆ ਅਤੇ ਕਹਿੰਦੇ ਸੀਗੇ ਵੀ ਤੈਨੂੰ ਵੀ ਮਾਰ ਦੇਣਾ ਤੇਰੀ ਮੰਮੀ ਨੂੰ ਵੀ ਮਾਰ ਦੇਣਾ ਅਤੇ ਇਹਦਾ ਦੂਜਾ ਵਿਆਹ ਕਰ ਤੁਹਾਡੇ 'ਤੇ ਵੀ ਕੋਈ ਹਮਲਾ ਕੀਤਾ ਜਾਂ ਕੋਈ ਪਹਿਲਾਂ ਕੋਈ ਘਟਨਾ ਹੋਈ ਹਾਂਜੀ ਜੀ ਮੈਨੂੰ ਵੀ ਕੁੱਟਿਆ ਕਰੀਬ 1.5 ਸਾਲ ਪਹਿਲਾਂ ਸਾਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀਗਾ ਅਸੀਂ ਭੱਜ ਕੇ ਬਚੇ ਸਾਨੂੰ ਮੇਰੇ ਸਾਡੇ ਮਾਮਾ ਜੀ ਆ ਕੇ ਸਾਨੂੰ ਲੈ ਕੇ ਗਏ ਅਤੇ ਉਦੋਂ ਵੀ ਮਿਹਨਤ ਤੱਲਾ ਕਰਕੇ ਸਾਨੂੰ ਤੁਹਾਡੀ ਮੰਮਾ ਨਾਮ ਕੀ ਸੀ ਮੇਰੀ ਮੰਮਾ ਨਾਂ ਸੀਗਾ ਕੁਲਵਿੰਦਰ ਕੌਰ ਠੀਕ ਹੈ